ਪੁਰਾਣੇ ਸਮਿਆਂ ਦੇ ਵਿੱਚ ਜਦੋਂ ਸਾਡੇ ਗੁਰੂ ਸਾਹਿਬਾਨਾਂ ਦਾ ਜੀਵਨ ਕਾਲ ਦਾ ਸਮਾਂ ਸੀ ਤਾਂ ਉਦੋਂ ਗੁਰਦੁਆਰਿਆਂ ਨੂੰ ਕੀ ਕਿਹਾ ਜਾਂਦਾ ਸੀ ਕਿ ਉਦੋਂ ਵੀ ਇਹਨਾਂ ਨੂੰ ਗੁਰਦੁਆਰਿਆਂ ਦਾ ਨਾਂ ਹੀ ਦਿੱਤਾ ਜਾਂਦਾ ਸੀ? ਚਲੋ ਜਾਣਦੇ ਹਾਂ। ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਹੀ ਰਸਤੇ 'ਤੇ ਪਾਉਣ ਦੇ ਲਈ ਅਤੇ ਸਿੱਖ ਧਰਮ ਦੇ ਨਾਲ ਜੁੜਨ ਦੇ ਲਈ ਜਦੋਂ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਤਾਂ ਬਹੁਤ ਹੀ ਥਾਵਾਂ ਦੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਅਤੇ ਜਿਸ ਜਗ੍ਹਾ 'ਤੇ ਵੀ ਉਹ ਜਾਂਦੇ ਸਨ, ਜਿਸ ਜਗ੍ਹਾ ਦੇ ਉੱਪਰ ਬੈਠ ਕੇ ਲੋਕਾਂ ਨੂੰ ਆਪਣੇ ਵਿਚਾਰ ਸੁਣਾਉਂਦੇ ਸਨ, ਉੱਥੇ ਸੰਗਤ ਜੁੜਨੀ ਸ਼ੁਰੂ ਹੋ ਗਈ ਸੀ ਅਤੇ ਉਹਨਾਂ ਦੇ ਅੱਗੇ ਚਲੇ ਜਾਣ ਤੋਂ ਬਾਅਦ ਫਿਰ ਇਹੀ ਸੰਗਤ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਪ੍ਰਚਾਰ ਕਰਦੇ ਸਨ ਅਤੇ ਪ੍ਰਸਾਰ ਕਰਦੇ ਸਨ ਅਤੇ ਜਿਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਦੇਵ ਜੀ ਬੈਠ ਕੇ ਆਪਣੇ ਵਿਚਾਰ ਦਿੰਦੇ ਸਨ ਉਹੀ ਜਗ੍ਹਾ ਦੇ ਉੱਪਰ ਫਿਰ ਇਹ ਸੰਗਤ ਵੀ ਹੋਰ ਸੰਗਤਾਂ ਨੂੰ ਆਪਣੇ ਵਿਚਾਰ ਦੱਸ ਕੇ ਧਰਮ ਦਾ ਪ੍ਰਚਾਰ ਕਰਦੇ ਸੀ। ਉਸੇ ਹੀ ਜਗ੍ਹਾ ਨੂੰ ਫਿਰ ਸੰਗਤ ਕਿਹਾ ਜਾਣ ਲੱਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਦੌਰਾਨ ਸੰਗਤ ਦੇ ਨਾਲ ਨਾਲ ਪੰਗਤ ਪ੍ਰਥਾ ਵੀ ਸ਼ੁਰੂ ਹੋ ਗਈ ਸੀ। ਜਿਹੜੀ ਸੰਗਤ ਸਿੱਖ ਗੁਰੂਆਂ ਦੀ ਸਤਸੰਗ ਕਰਨ ਆਉਂਦੀ ਸੀ, ਉਹਨਾਂ ਦੇ ਵਿਚਾਰ ਸੁਣਨ ਆਉਂਦੀ ਸੀ, ਜਾਂ ਫਿਰ ਸਿੱਖ ਧਰਮ ਦੇ ਮੋਢੀ ਜੋ ਧਰਮ ਦਾ ਪ੍ਰਚਾਰ ਕਰਦੇ ਸਨ ਉਹਨਾਂ ਦੇ ਵਿਚਾਰ ਸੁਣਨ ਆਉਂਦੀ ਸੀ, ਉਹਨਾਂ ਦੇ ਲਈ ਹੁਣ ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਹੋਣ ਲੱਗ ਗਿਆ ਸੀ, ਜਿਸ ਨੂੰ ਪੰਗਤ ਪ੍ਰਥਾ ਕਿਹਾ ਜਾਂਦਾ ਸੀ, ਕਿਉਂਕਿ ਸਾਰੀ ਹੀ ਸੰਗਤ ਇੱਕੇ ਤਰ੍ਹਾਂ ਦੀ ਹੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਸੀ। ਉਸ ਤੋਂ ਬਾਅਦ ਹੌਲੀ ਹੌਲੀ ਸੰਗਤ ਨੂੰ ਹੁਣ ਧਰਮਸ਼ਾਲ ਦਾ ਨਾਂ ਦੇ ਦਿੱਤਾ ਗਿਆ ਸੀ। ਧਰਮ ਦਾ ਮਤਲਬ ਹੈ ਕੋਈ ਵੀ ਧਰਮ ਅਤੇ ਸ਼ਾਲ ਦਾ ਮਤਲਬ ਹੁੰਦਾ ਹੈ ਜਿੱਥੇ ਗਿਆਨ ਦਿੱਤਾ ਜਾਂਦਾ ਹੈ, ਧਰਮ ਦੇ ਨਾਲ ਰਿਲੇਟਡ ਜੋ ਵੀ ਗਿਆਨ ਦਿੱਤਾ ਜਾਂਦਾ ਉਹਨੂੰ ਕਿਹਾ ਜਾਣ ਲੱਗਿਆ ਧਰਮਸ਼ਾਲ। ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਕਾਲ ਤੋਂ ਬਾਅਦ ਜਦੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਸੰਭਾਲੀ ਤਾਂ ਉਹਨਾਂ ਨੇ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਵਿਖੇ ਜਦੋਂ ਕੀਤਾ ਤਾਂ ਉਸ ਸਮੇਂ ਪਾਠਸ਼ਾਲਾ ਤੋਂ ਗੁਰੂ ਘਰ ਕਿਹਾ ਜਾਣ ਲੱਗਾ। 6ਵੇਂ ਪਾਤਸ਼ਾਹ ਜੀ ਦੇ ਜੀਵਨ ਕਾਲ ਤੋਂ ਲੈ ਕੇ ਗੁਰੂ ਘਰਾਂ ਨੂੰ ਅੱਜ ਵੀ ਗੁਰੂ ਘਰ ਕਿਹਾ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਤੱਕ ਗੁਰੂ ਘਰਾਂ ਨੂੰ ਗੁਰਦੁਆਰਾ ਸਾਹਿਬ ਵੀ ਕਿਹਾ ਜਾਣ ਲੱਗਾ ਅਤੇ ਅੱਜ ਵੀ ਅਸੀਂ ਗੁਰੂ ਘਰਾਂ ਨੂੰ ਗੁਰਦੁਆਰਾ ਜਾਂ ਗੁਰੂ ਘਰ ਹੀ ਕਹਿੰਦੇ ਹਾਂ। ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਅਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਰ ਅਜਿਹੀਆਂ ਵੀਡੀਓ ਜਾਣਨ ਦੇ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਬੈੱਲ ਆਈਕਨ ਵੀ ਪ੍ਰੈਸ ਕਰ ਲੈਣਾ। ਧੰਨਵਾਦ।